ਪਿੰਡ ਸੁਲਤਾਨਵੰਡ ਵਿਖੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ। ਮਿੱਟੀ ਦੀ ਟਰਾਲੀ ਤੋਂ ਰਾਹ ਦੇਣ ਦੇ ਚੱਲਦੇ ਕੀਤਾ ਦਾਤਰਾਂ ਨਾਲ ਹਮਲਾ। ਪੀੜਤ ਨੌਜਵਾਨਾਂ ਲਾਏ ਪਿੰਡ ਵਿੱਚ ਚਿੱਟਾ ਵੇਚਣ ਵਾਲਿਆਂ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰਨ ਦੇ ਦੋਸ਼। ਕਿਹਾ ਮਿੱਟੀ ਦੀ ਟਰਾਲੀ ਲਾਉਣ ਸਮੇਂ ਰੰਜਿਸ਼ ਤਹਿਤ ਦਾਤਰ ਮਾਰ ਕੇ ਕੀਤਾ ਦੋਵੇਂ ਭਰਾਵਾਂ ਨੂੰ ਜ਼ਖਮੀ। ਪੁਲਿਸ ਨੂੰ ਮੌਕੇ ਤੇ ਫੜਾਏ ਗਏ ਹਮਲਾਵਰ। ਬਿਲਕੁਲ ਇੱਕ ਧੱਕੇਸ਼ਾਹੀ, ਇੱਕ ਸਮਾਨ ਜਿਹੜੇ ਵੱਡੇ ਪੱਧਰ ਦੇ ਉੱਤੇ ਪਿੰਡ ਸੁਲਤਾਨਵਿੰਡ ਦੇ ਵਿੱਚ ਚਿੱਟਾ ਵੀ ਗੰਢਿਆ, ਸਮਾਨ ਵੀ ਗੰਢਿਆ। ਅਸੀਂ ਜਦੋਂ ਵੀ ਇਹਨਾਂ ਦਾ ਵਿਰੋਧ ਕਰਦੇ ਹਾਂ ਚਿੱਟਾ ਵੇਚਣ ਵਾਲਿਆਂ ਦਾ, ਠੀਕ ਆ, ਅਸੀਂ ਬੜਾ ਚਿਰ ਉਹਨਾਂ ਨੂੰ ਸਮਝਾਉਂਦੇ ਰਹੇ ਵੀ ਛੱਡ ਦਿਓ, ਜਦੋਂ ਅਸੀਂ ਚਿੱਟਾ ਵੇਚਣ ਵਾਲਿਆਂ ਦਾ ਵਿਰੋਧ ਕਰਦੇ ਉਸ ਤੋਂ ਬਾਅਦ ਉਹ ਕੀ ਕਰਦੇ ਚਿੱਟਾ ਵੇਚਣ ਵਾਲੇ ਵੀਰੋ, ਮੈਂ ਇੱਕ ਮਿੱਟੀ ਦਾ ਕੰਮ ਕਰਦਾ ਵਾਂ, ਮਿੱਟੀ ਵਾਲਾ ਟਰੈਕਟਰ ਚਲਾਉਂਦਾ, ਖੁਦ ਟਰੈਕਟਰ ਸਵਰਾਜ 744 ਮੇਰੇ ਨਾਮ 'ਤੇ ਆ, ਮੈਂ ਮਿੱਟੀ ਸੁੱਟਦਾ ਵਾਂ। ਜਦੋਂ ਮੈਂ ਉਹਨਾਂ ਦੇ ਮੋੜ ਲਾ ਕੇ ਮਿੱਟੀ ਲਾਉਣ ਡਿਆ, ਉਹ ਆਨੇ ਬਹਾਨੇ ਆਏ, ਉਹਨਾਂ ਨੇ ਆ ਕੇ ਮੈਨੂੰ ਵੀ ਟਰੈਕਟਰ ਪਰੇ ਕਰ, ਮੈਂ ਕਿਹਾ ਮਿੱਟੀ ਲਾ ਕੇ ਪਰੇ ਕਰ ਲੈਣਾ, ਉਹਨਾਂ ਇੰਨੇ ਦੇ ਵਿੱਚ ਹੀ ਮੈਨੂੰ ਕੁੱਟਣਾ ਮਾਰਨਾ ਸ਼ੁਰੂ ਕਰਤਾ, ਮੇਰੇ ਇੱਟਾਂ ਰੋੜੇ ਮਾਰਨੇ ਸ਼ੁਰੂ ਕਰਤੇ, ਜੋ ਮੇਰਾ ਸਿਰ ਵੀ ਜਿਹੜਾ ਵਾ ਪਾੜ ਗਿਆ ਵਾ। ਉਸ ਤੋਂ ਬਾਅਦ ਜਦੋਂ ਮੈਂ ਡਿੱਗ ਪਿਆ, ਫਿਰ ਉਹਨਾਂ ਨੇ ਵੇਖੋ ਜਿਹੜੇ ਸਮਾਨ ਵੇਚਣ ਵਾਲੇ, ਇਹਨਾਂ ਕੋਲ ਬੰਦੇ ਆਮ ਹੀ ਤੁਰੇ ਫਿਰਦੇ ਆ ਦਾਤਰ ਲੈ ਕੇ, ਦੋ ਬੰਦੇ ਜਿਹੜੇ ਲਾਂਭਲੇ ਪੁਲਿਸ ਨਾਲ ਫੜ ਕੇ ਲਿਆਈ ਆ ਮੌਕੇ 'ਤੇ, ਦਾਤਰ ਫੜ ਕੇ ਲਿਆਈ ਆ ਸੁਲਤਾਨਵਿੰਡ ਦੀ ਪੁਲਿਸ ਨਾਲ, ਕੜਾ ਫੜ ਕੇ ਲਿਆਏ ਆ, ਜੋ ਜਦੋਂ ਇਹ ਕੁੱਟਣ ਡਿਆ ਮੌਕੇ 'ਤੇ, ਜੋ ਮੇਰੇ ਚਾਚਾ ਜੀ ਦਾ ਲੜਕਾ ਮਨਜਿੰਦਰ ਸਿੰਘ ਕਾਲੂ, ਉਹ ਪੱਠੇ ਲੈ ਕੇ ਆਉਣ ਡਿਆ ਸੀ ਆਪਣੇ ਰੇਹੜੀ ਦੇ ਉੱਤੇ, ਮੋਟਰਸਾਈਕਲ ਵਾਲੀ ਰੇਹੜੀ ਦੇ ਉੱਤੇ ਪੱਠੇ ਲੈ ਕੇ ਜਦੋਂ ਪੈਲੀਆਂ ਲਾਉਣ ਡਿਆ ਸੀ, ਉਹਨੇ ਉਸੇ ਵੇਲੇ ਜਦੋਂ ਮੈਨੂੰ ਵੇਖਿਆ ਡਿੱਗੇ ਨੂੰ, ਉਹ ਡਿੱਗੇ ਪਏ ਨੂੰ ਜੋ ਚੁੱਕਣ ਲੱਗਾ, ਤੇ ਇਹਨਾਂ ਨੇ ਉਹਦੇ 'ਤੇ ਵੀ ਹਮਲਾ ਕਰਤਾ, ਉਹਨੂੰ ਵੀ ਲੱਤਾਂ ਨਾਲ ਬਹੁਤ ਜ਼ਿਆਦਾ ਕੁੱਟਿਆ ਅਤੇ ਉਹਦੇ ਸਿਰ ਦੇ ਵਿੱਚ ਪੁੱਠਾ ਦਾਤਰ ਮਾਰ ਕੇ ਉਹਦਾ ਵੀ ਸਿਰ ਪਾੜਿਆ। ਮੰਗ ਸਾਡੀ ਕੋਈ ਨਹੀਂ ਜੀ, ਪ੍ਰਸ਼ਾਸਨ ਕੋਲ ਇਹੋ ਮੰਗ ਆ ਵੀ ਜਿਹੜੇ ਨਸ਼ਾ ਤਸਕਰ ਆ ਇਹਨਾਂ ਨੂੰ ਬਹਰਾਵਾ ਨਾ ਦਿਓ, ਜਦੋਂ ਆਪਾਂ ਇਹਨਾਂ ਦੇ ਖਿਲਾਫ਼ ਆਵਾਜ਼ ਉਠਾਉਂਦੇ ਹਾਂ, ਇਹ ਉਸੇ ਵੇਲੇ ਆਪਣੇ ਉੱਤੇ ਹੈਵੀ ਹੋ ਜਾਂਦੇ ਆ, ਆਪਣਾ ਸਿਰ ਪਾੜਦੇ, ਸਾਨੂੰ ਕੁੱਟਦੇ ਆ, ਜਲੀਲ ਕਰਦੇ ਆ, ਅਤੇ ਪੰਜਾਬ ਪੁਲਿਸ ਸਾਡੇ ਸਾਹਮਣੇ ਜਿਹੜਾ ਉਹਨਾਂ ਦਾ ਬਾਪ ਆ ਲੱਖਾ ਸਿੰਘ ਉਹਦੇ ਭੱਜ ਗਏ ਸੀ, ਉਹਨੂੰ ਸਾਡੇ ਕੋਲ ਵੀਡੀਓ ਬਣੀਆਂ ਪਈਆਂ, ਉਹਨਾਂ ਨੂੰ ਫੜ ਕੇ ਨਹੀਂ ਲਿਆਂਦਾ ਇਹਨਾਂ ਨੇ, ਸਿਰਫ ਜਿਹੜੇ ਦੋ ਮੁੰਡੇ ਫੜੇ ਆ ਜਿਹੜੇ ਦਾਤਰ ਲਿਆ ਕੇ ਸਾਡੇ ਉੱਤੇ ਵਾਰ ਕਰਨ ਕੁੱਟਣ ਡਿਆ ਸੀ, ਉਹਨਾਂ ਨੂੰ ਇਹਨਾਂ ਨੇ ਜ਼ਰੂਰ ਫੜਿਆ ਵਾ, ਜਿਨ੍ਹਾਂ ਨੇ ਸਾਡੇ ਉੱਤੇ ਹਮਲਾ ਕੀਤਾ ਜੀ। ਟੋਟਲ ਉਹ ਹੈਗੇ ਸੀ ਤਿੰਨ ਪਿਓ ਪੁੱਤ, ਉਹ ਸੀ ਦੋ ਮੁੰਡੇ ਲਾਂਭੂ ਆਏ, ਪੰਜ ਜਣੇ ਨੇ ਉਹ, ਚਲੋ ਪੰਜ ਜਣੇ ਜਿਹੜੇ ਉਹ ਆਏ ਸਾਡੇ ਗੱਲ ਪਏ ਆ। ਹਾਂਜੀ, ਮੇਰਾ ਨਾਮ ਮਨਜਿੰਦਰ ਸਿੰਘ ਹੈ ਜੀ, ਅਤੇ ਗੱਲ ਇੱਦਾਂ ਵੀ ਮੈਂ ਪੱਠੇ ਲੈ ਕੇ ਆਉਣ ਡਿਆ, ਅਤੇ ਇਹ ਵੀਰ ਮਿੱਟੀ ਦਾ ਕੰਮ ਕਰਦਾ, ਅਤੇ ਇਹ ਮਿੱਟੀ ਲਾਉਣ ਡਿਆ ਇੱਥੇ, ਅਤੇ ਉਹਨੇ ਰਾਹ ਮੰਗਿਆ ਵੀ ਰਾਹ ਦੇ, ਇਹ ਕਹਿੰਦਾ ਵੀ ਦੋ ਮਿੰਟ ਖਲੋ ਜਾ, ਮੈਨੂੰ ਟਾਲੀ ਲਾਹ ਲੈਂਦੇ ਅਤੇ ਮੈਂ ਦੇਣਾ ਰਾਹ। ਇੰਨੇ 'ਚ ਉਹਨਾਂ ਨੇ ਇੰਨਾ ਲੜਾਈ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਇਹਨੂੰ, ਅਤੇ ਮੁੜ ਕੇ ਇਹਦੇ ਹੱਥੋਂ ਪਾਈ ਹੋ ਗਏ। ਇਹ ਵੀਰ ਥੱਲੇ ਡਿੱਗਾ ਸੀ, ਇਹਨੂੰ ਡੇ ਕੁੱਟਣ, ਅਤੇ ਮੈਂ ਜਾ ਕੇ ਛਡਾਉਣ ਲੱਗਾ ਇਹਨਾਂ ਨੂੰ, ਅਤੇ ਉਹਨਾਂ ਮੇਰੇ ਵੀ ਮਾਰਨਾ ਸ਼ੁਰੂ ਕਰਤਾ, ਉਹਨੇ ਦਾਤਰ ਮਾਰਿਆ ਪੁੱਠਾ ਮੇਰੇ। ਹਾਂਜੀ, ਦੋ ਬੰਦੇ ਫੜਾਏ ਆ ਜੀ ਇੱਥੇ, ਮੰਗ ਇਹ ਕਰਦੇ ਜੋ ਬੰਦ ਦੀ ਕਾਰਵਾਈ ਇਹਨਾਂ ਦੀ ਹੋਣੀ ਚਾਹੀਦੀ ਆ ਜੀ, ਅਤੇ ਇਹ ਬਹੁਤ ਧੱਕਾ ਕਰਨ ਡੇ ਉੱਥੇ ਲਾਗੇ ਬੰਨੇ ਵਾਲਿਆਂ ਨੂੰ, ਬੜਾ ਪਰੇਸ਼ਾਨ ਕੀਤਾ ਇਹਨਾਂ ਨੇ। ਕੀ ਲੱਗਦਾ ਇਹਦੇ ਸੁਨਾਣੇ ਪਿੰਡ ਦੇ ਵਿੱਚ ਕਿੰਨਾ ਕੁ ਨਸ਼ਾ ਵੇਚਦਾ? ਨਸ਼ਾ ਤੇ ਬਹੁਤ ਵੇਚਦਾ ਜੀ, ਪਤਾ ਹੀ ਆ ਇਹਨਾਂ ਨੂੰ ਸਾਰਾ, ਗਲੀ ਗਲੀ ਵੇਚਦਾ, ਘਰ ਘਰ 'ਚ ਨਸ਼ਾ ਵੇਚਦੇ ਆ। ਫੜਦੀ ਨਹੀਂ ਜਾਂ ਪੈਸੇ ਲੈਂਦੀ? ਪੈਸੇ ਲੈਂਦੇ ਹੋਣਗੇ ਜਿਹੜੇ ਫੜਦੇ ਨਹੀਂ, ਨਹੀਂ ਤੇ ਪੈਸੇ ਨਾ ਲੈਂਦੇ ਹੁੰਦੇ, ਫੜ ਕੇ ਉਸ ਵੇਲੇ ਅੰਦਰ ਦੇ ਦੇਣ ਇਹਨਾਂ ਨੂੰ। ਮਾਮਲਾ ਸਾਰਾ ਹੀ ਆਲਾ ਜੀ। ਹੈਲੋ, ਇਹ ਕੋ ਟਰਾਲੀ ਮਿੱਟੀ ਦੀ ਹੀ ਲਾ ਰਿਹਾ, ਉਹਨੂੰ ਲਾਉਣ ਨੂੰ ਲੈ ਕੇ ਥੋੜਾ ਜਿਹਾ ਨਾ ਝਗੜਾ ਆ, ਤੇ ਉਹਦੇ ਝਗੜੇ ਸੰਬੰਧੀ ਹੁਣ ਦਰਖਾਸਤ ਆਈ ਆ, ਤੇ ਅੱਗੋਂ ਜੋ ਵੀ ਕਾਰਵਾਈ ਆ ਸੀਨੀਅਰ ਅਫਸਰਾਂ ਧਿਆਨ ਚ ਲਿਆ ਤਾ। ਕਿਹੜੇ ਬੰਦੇ ਫੜੇ? ਦੋ ਨਾਲ ਹਥਿਆਰ ਵੀ ਉਹਨਾਂ ਨੇ ਬਰਾਮਦ ਕਰਾਏ ਕੋਈ? ਦੋ ਮੁੰਡੇ ਸੀ, ਉਹ ਗਲੀ 'ਚ ਆਏ ਸੀ, ਉਹ ਵੀ ਉਹ ਲੈ ਆਉਂਦੇ ਇੱਥੇ ਫੜ ਕੇ। ਕੀ ਨਾਮ ਉਹਨਾਂ ਦਾ, ਕਿੱਥੇ ਦੇ ਰਹਿਣ ਵਾਲੇ ਹੋ? ਉਹ ਸੁਲਤਾਨਵਿੰਡ ਦੇ ਰਹਿਣ ਵਾਲੇ ਆ, ਕਜੇ ਪਾਲਿਆ ਤੇ ਆਕਾਸ਼ਦੀਪ। ਤੇ ਬਰਾਮਦ ਕੀ ਕੀਤਾ ਇਹਨਾਂ ਨੂੰ? ਇਹਨਾਂ ਕੋਲ ਦਾਤਰ ਸੀ ਬਸ ਇੱਕ। ਕਿੰਨੇ?
ਇੱਕੋ ਦਾਤਰ ਸੀ, ਉਹ ਕਹਿੰਦੇ ਦੋ ਦਾਤਰ ਦੇ ਨਾਲ ਗੜਾ ਵੀ ਨਹੀਂ, ਇੱਕ ਦਾਤਰ ਸੀ, ਇੱਕੋ ਦਾਤਰ ਸੀ, ਸਾਰੇ ਬੰਦੇ ਉੱਥੇ ਉੱਥੇ ਸੀ, ਉਹਵੇ ਦਾਤਰ ਇੱਕ ਹੀ ਦਾਤਰ ਹੈ। ਜਾਨੋ ਮਾਰਨ ਦੀ ਫਿਰ ਚਾਜੀ ਸੀ ਇਹਨਾਂ ਦੇ? ਨਹੀਂ, ਇਹ ਤੇ ਆ ਹੀ ਰਹੇ ਗਲੀ ਚ, ਅਜੇ ਕੋਈ ਇਹਨਾਂ ਦੇ ਕਿਸੇ ਦੇ ਮਾਰਿਆ ਮੂਰਿਆ ਨਹੀਂ ਅਜੇ। ਦੋ ਬੰਦੇ ਸੱਟਾਂ ਲੱਗੀਆਂ ਜਿਹੜੇ ਦਾਤਰ ਵਿੱਚ, ਉਹ ਇਹਨਾਂ ਦਾ ਪਹਿਲਾਂ ਜਿਹੜਾ ਲੜਾਈ ਝਗੜੇ ਦੌਰਾਨ ਹੋਇਆ, ਉਹਦੀ ਵਾਰੀ ਕਰ ਰਿਹਾ ਤਹਿਕੀਕਾਤ, ਜੋ ਵੀ ਗੱਲ ਸਾਹਮਣੇ ਹੋਈ। ਨਹੀਂ, ਸੀ ਸੀ ਟੀ ਵੀ ਨਹੀਂ, ਅਜੇ ਤਾਂ ਹੁਣੇ ਹੁੰਦੇ ਵਾਕਿਆ ਹੀ ਆ, ਅਜੇ ਚੱਲਣ ਡੇ ਇਨਵੈਸਟੀਗੇਸ਼ਨ।